ਤੁਹਾਨੂੰ ਪਤਾ ਰਾਤੀ 12 ਵਜੇ ਯਾਨੀ ਕਿ ਜਿਹੜੀਆਂ ਦੋ ਰੇਲ ਕੰਪਨੀਆਂ ਜਿਹੜੀਆਂ ਨੈਗੋਸ਼ੀਏਸ਼ਨਸ ਕਰ ਰਹੀਆਂ ਸੀਗੀਆਂ ਆਪਣੇ ਕਾਮਿਆਂ ਦੇ ਨਾਲ, ਉਹ ਰਾਤੀ ਨੈਗੋਸ਼ੀਏਸ਼ਨਸ ਟੁੱਟ ਗਈਆਂ। ਮੋਂਟਰੀਅਲ ਅਤੇ ਕੈਲਗਰੀ ਦੇ ਵਿੱਚ ਇਹ ਨੈਗੋਸ਼ੀਏਸ਼ਨਸ ਹੋ ਰਹੀਆਂ ਸੀਗੀਆਂ, ਉਹ ਟੁੱਟਣ ਕਰਕੇ ਜੀ ਇਹ ਜਿਹੜੀ ਸੀਗੀ ਹੜਤਾਲ ਉਹ ਆਰੰਭ ਹੋ ਗਈ ਸੀਗੀ ਦੋਨੇ ਥਾਈਂ। ਔਰ ਕੈਨੇਡਾ ਦੇ ਵਿੱਚ ਜਿਹੜਾ ਚੱਕਾ ਜਾਮ ਹੋ ਗਿਆ ਸੀਗਾ ਰੇਲ ਗੱਡੀਆਂ ਦਾ, ਬਹੁਤ ਸਾਰੇ ਲੋਕ ਰੇਲ ਗੱਡੀ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਵੀ ਜਾਂਦੇ ਨੇ, ਅੰਟੇਰੀਓ, ਕੁਬੈਕ ਔਰ ਵੈਨਕੂਵਰ ਦੇ ਵਿੱਚ। ਪਰ ਹੁਣ ਅੱਜ ਪਤਾ ਲੱਗਾ ਜੀ ਬਾਅਦ ਦੇ ਵਿੱਚ ਫੈਡਰਲ ਗੌਰਮੈਂਟ ਨੇ ਜਿਹੜਾ ਬਾਈਂਡਿੰਗ ਆਰਬਿਟਰੇਸ਼ਨ ਦੇ ਵਿੱਚ ਕੇਸ ਭੇਜ ਦਿੱਤਾ, ਔਰ ਉਹਦੇ ਨਾਲ ਕੀ ਹੋਏਗਾ ਕਿ ਦੋਨਾਂ ਧਿਰਾਂ ਨੂੰ ਉਹ ਗੱਲ ਮੰਨਣੀ ਪਏਗੀ। ਔਰ ਮਿਨਿਸਟਰ ਦਾ ਕਹਿਣਾ ਹੈ ਕਿ ਬਹੁਤ ਜਲਦ ਇਹ ਜਿਹੜਾ ਸਾਰੀ ਗੱਲਬਾਤ ਹੈ ਓਵਰ ਹੋ ਜਾਊਗੀ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਕਿੰਨਾ ਟਾਈਮ ਲੱਗੇਗਾ ਤਾਂ ਉਹ ਕਹਿੰਦੇ ਜੀ ਕੁਛ ਦਿਨ, ਸੋ ਇਹ ਦਿਨਾਂ ਦੇ ਵਿੱਚ ਜਿਹੜੀ ਸਟ੍ਰਾਈਕ ਆ ਓਵਰ ਹੋ ਜਾਏਗੀ। ਇਹਦੇ ਵਿੱਚ ਦੋਨੋਂ ਧਿਰਾਂ ਇੱਕ ਦੂਸਰੇ ਨੂੰ ਬਲੇਮ ਕਰ ਰਹੀਆਂ ਨੇ, ਚਾਹੇ ਇੰਪਲੋਈਜ਼ ਨੇ ਅਤੇ ਉੱਧਰੋਂ ਜਿਹੜੀਆਂ ਕੰਪਨੀਆਂ ਨੇ, ਉਹ ਕਹਿੰਦੇ ਜੀ ਉਹਨਾਂ ਦੀ ਡਿਮਾਂਡ ਜਿਹੜੀ ਆ ਬੜੀ, ਮਤਲਬ ਉਹਦੀ ਕੋਈ ਤੁੱਕ ਨਹੀਂ ਬਣਦੀ, ਅਤੇ ਦੂਸਰੇ ਪਾਸੇ ਲੇਬਰ ਕਹਿ ਰਹੀ ਆ ਵੀ ਜੋ ਕੰਪਨੀ ਦੇਣਾ ਚਾਹੁੰਦੀ ਆ ਉਹਦੀ ਕੋਈ ਤੁੱਕ ਨਹੀਂ ਬਣਦੀ। ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਈਂਡਿੰਗ ਆਰਬਿਟਰੇਸ਼ਨ ਜਿਹੜੀ ਆ ਉਹ ਦੋਨਾਂ ਨੂੰ ਕੀ ਕਹਿੰਦੀ ਆ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਤੁਹਾਨੂੰ ਯਾਦ ਹੋਣਾ ਪਿੱਛੇ ਜਿਹੇ ਫੋਰਟ ਮਕਮਰੇ ਦੇ ਨੇੜੇ ਜਿਹੜਾ ਇੱਕ ਪ੍ਰੋਜੈਕਟ ਹੈਗਾ ਅੰਪੀਰੀਅਲ ਆਇਲ ਦਾ, ਉੱਥੇ ਉਹਨਾਂ ਦੇ ਉਸ ਪਲਾਂਟ ਦੇ ਉੱਤੋਂ ਜਿਹੜਾ ਜੀ ਟੇਲਿੰਗ ਪੌਂਡ ਦੇ ਵਿੱਚ ਜਦੋਂ ਉਹ ਪਾਣੀ ਜਾਂਦਾ, ਜਿਹੜਾ ਕਿ ਜਿਹਦੇ ਵਿੱਚ ਬਹੁਤ ਸਾਰੀਆਂ ਹੈਵੀ ਮੈਟਲਸ ਵਗੈਰਾ ਰਲੀਆਂ ਹੁੰਦੀਆਂ ਨੇ, ਉਹ ਪਾਣੀ ਜਿਹੜਾ ਸੀਗਾ ਉਹ ਗਾਂ ਸੀਪ ਕਰ ਗਿਆ, ਯਾਨੀ ਕਿ ਲੀਕ ਹੋ ਕੇ ਆਲੇ ਦੁਆਲੇ ਜਿਹੜਾ ਏਰੀਆ ਸੀ ਉੱਥੇ ਜਾਣਾ ਸ਼ੁਰੂ ਹੋ ਗਿਆ, ਇੱਥੋਂ ਤੱਕ ਕਿ ਜਿਹੜੀਆਂ ਵਾਟਰ ਬਾਡੀਜ਼ ਆ ਉਹਨਾਂ ਦੇ ਵਿੱਚ ਵੀ ਉਹ ਜਾਣਾ ਸ਼ੁਰੂ ਹੋ ਗਿਆ। ਪਰ ਅਲਬਰਟਾ ਦੀ ਜਿਹੜੀ ਰੈਗੂਲੇਟਰ ਆ ਉਹਨਾਂ ਨੂੰ ਵੀ ਖਬਰ ਨਹੀਂ ਪਹਿਲਾਂ ਕੀਤੀ ਗਈ। ਇਹ ਬਾਅਦ ਦੇ ਵਿੱਚ ਜਦੋਂ ਖਬਰ ਕੀਤੀ ਆ ਅਲਬਰਟਾ ਰੈਗੂਲੇਟਰ ਨੂੰ, ਉਹਨਾਂ ਨੇ ਫਿਰ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ, ਔਰ ਪੁੱਛ ਪੜਤਾਲ ਕਰਨ ਤੋਂ ਬਾਅਦ ਫਿਰ ਜੀ ਉਹ ਪੂਰੀ ਦੀ ਪੂਰੀ ਛਾਣਬੀਣ ਕੀਤੀ ਗਈ ਵੀ ਇਹ ਕਿਉਂ ਹੋਇਆ, ਕੀ ਗੱਲ ਆ। ਔਰ ਜਿਉਂ ਹੁਣ ਕੰਪਨੀ ਨੂੰ ਉਹਨਾਂ ਨੇ ਜੀ ਸਾਰੀ ਗੱਲਬਾਤ ਲੱਭਣ ਤੋਂ ਪਿੱਛੋਂ ਜਿਹੜੀ ਅੰਪੀਰੀਅਲ ਆਇਲ ਕੰਪਨੀ ਆ ਉਹਨੂੰ ਰੈਗੂਲੇਟਰ ਨੇ ਕੋਈ $50,000 ਦਾ ਜੁਰਮਾਨਾ ਕੀਤਾ ਆ, ਇਹ ਵੀ ਇਹ ਜਿਹੜਾ ਤੁਸੀਂ ਮੋਨੀਟਰ ਨਹੀਂ ਚੰਗੀ ਤਰ੍ਹਾਂ ਨਾਲ ਕੀਤਾ ਔਰ ਲੋਕਾਂ ਨੂੰ ਦੱਸਿਆ ਨਹੀਂ ਵੀ ਇਹ ਲੀਕੇਜ ਹੋ ਰਹੀ ਆ ਉਸ ਪੌਂਡ ਦੇ ਉੱਤੋਂ। ਉਹਨਾਂ ਦਾ ਕਹਿਣਾ ਸੀਗਾ ਜੀ ਵੀ ਉਹ ਥੋੜ੍ਹਾ ਹੀ ਮਤਲਬ ਦੂਰ ਜਿਹੜਾ ਸੀਗਾ ਪਾਣੀ ਗਿਆ ਸੀ, ਬਾਹਲੀ ਦੂਰ ਨਹੀਂ ਸੀ ਗਿਆ, ਪਰ ਜਦੋਂ ਉਹਦਾ ਛਾਣਬੀਣ ਹੁਣ ਕੀਤੀ ਗਈ ਆ ਤਾਂ ਪਤਾ ਲੱਗਾ ਵੀ ਉਹ ਕਾਫੀ ਦੂਰ ਤੱਕ ਜਿਹੜਾ ਜੀ ਪਾਣੀ ਉਹ ਜਾ ਚੁੱਕਾ ਸੀਗਾ। ਇਸ ਕਰਕੇ ਇਹਨਾਂ ਨੂੰ ਹੁਣ ਫਾਈਨ ਜਿਹੜਾ ਉਹ ਕੀਤਾ ਗਿਆ, ਹਾਲਾਂਕਿ ਰੈਗੂਲੇਟਰ ਨੇ ਇਹ ਗੱਲ ਕਹੀ ਆ, ਕਹਿੰਦਾ ਜੀ ਇਸ ਚੀਜ਼ ਦਾ ਬਾਹਲਾ ਜ਼ਿਆਦਾ ਇਨਵਾਇਰਮੈਂਟ ਦੇ ਉੱਤੇ ਕੋਈ ਐਡਾ ਬਾਹਲਾ ਫਰਕ ਨਹੀਂ ਪੈਂਦਾ। ਪਰ ਮੇਰਾ ਖਿਆਲ ਹੈ ਲੋਕ ਉਸ ਗੱਲ 'ਤੇ ਵੀ ਨਾਰਾਜ਼ ਨੇ। ਪਹਿਲੀ ਗੱਲ ਹੈ ਉਹ ਕਹਿੰਦੇ ਵੀ ਪਿਛਲੇ ਕੁਆਟਰ ਦੇ ਵਿੱਚ ਨਾ ਜਾਂ ਸੈਕਿੰਡ ਕੁਆਟਰ ਆਫ 2024 'ਚ ਜਿਹੜਾ ਅੰਪੀਰੀਅਲ ਆਇਲ ਆ ਇਹਨਾਂ ਨੇ $1.1 billion ਦਾ ਮੁਨਾਫਾ ਦੱਸਿਆ ਆ, ਔਰ ਉਹਨਾਂ ਨੂੰ $50,000 ਦਾ ਜੁਰਮਾਨਾ ਕਰਨਾ ਇੱਕ ਮਜ਼ਾਕ ਕਰਨ ਵਾਲੀ ਉਹ ਕਹਿੰਦੇ ਗੱਲ ਕੀਤੀ ਗਈ ਆ। ਪਰ ਨਾਲ ਦੀ ਨਾਲ ਜਿਹੜਾ ਜੀ ਇਹ ਗੱਲ ਹਜੇ ਨਿਬੜੀ ਨਹੀਂ, ਇਨਵੈਸਟੀਗੇਸ਼ਨ ਕੰਟੀਨਿਊਸ ਆ। ਉਹ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਗਾਹਾਂ ਮੋਨੀਟਰਿੰਗ ਵੈਲਜ਼ ਜਿਹੜੇ ਆ ਉਹ ਕੰਪਨੀ ਵੱਲੋਂ ਲਾਏ ਗਏ ਨੇ, ਜਿਹਦੇ ਨਾਲ ਉਹ ਗਾਹਾਂ ਇਹਨੂੰ ਮੋਨੀਟਰ ਕਰਦੇ ਰਹਿਣਗੇ ਕਿ ਭਾਈ ਕਿਤੇ ਲੀਕੇਜ ਤਾਂ ਨਹੀਂ ਹੋ ਰਹੀ, ਜੇ ਹੋ ਰਹੀ ਆ ਤਾਂ ਕਿੰਨੀ ਆ ਅਤੇ ਉਹਨੂੰ ਕਿਵੇਂ ਸਟੋਪ ਕੀਤਾ ਜਾਵੇ। ਸੋ ਪਰ ਹਜੇ ਜਿਹੜੀ ਇਨਵੈਸਟੀਗੇਸ਼ਨ ਆ ਜੀ ਇਹ ਔਨ ਗੋਇੰਗ ਆ, ਚੱਲ ਰਹੀ ਆ।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।